प्यारे बच्चों ऑनलाइन ई-लर्निंग क्लास दे केड़े -केड़े विच ਤੁਹਾਡਾ ਸਵਾਗਤ ਹੈ ਵੈਲਕਮ ਟੂ ਆਨਲਾਈਨ ਈ-ਲਰਨਿੰਗ ਕਲਾਸ ਮੈਂ ਰਾਜੀਵ ਰਾਏ ਕੰਪਿਊਟਰ ਫੈਕਲਟੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕੋਚ ਕੀਚਕ ਬਲਾਕ ਬਮਿਆਲ ਡਿਸਟ੍ਰਿਕਟ ਪਠਾਨਕੋਟ ਅੱਜ ਦੇ ਟਾਪਿਕ ਵਿੱਚ ਅਸੀਂ ਸਮਝਾਂਗੇ ਕਿ ਕੰਪਿਊਟਰ ਦੀ ਵਰਤੋਂ ਕਿਹੜੇ-ਕਿਹੜੇ ਖੇਤਰਾਂ ਵਿੱਚ ਹੋ ਸਕਦੀ ਹੈ ਇਹ ਟਾਪਿਕ ਜਮਾਤ 6ਵੀਂ ਪਾਠ 1 ਕੰਪਿਊਟਰ ਨਾਲ ਜਾਣ ਪਛਾਣ ਵਿੱਚੋਂ ਲਿਆ ਗਿਆ ਹੈ। ਆਹ ਬੱਚੋ ਹੁਣ ਅਸੀਂ ਜਾਣੀਏਗੀ ਕੰਪਿਊਟਰ ਦੀ ਵਰਤੋਂ ਕਿਹੜੇ-ਕਿਹੜੇ ਖੇਤਰਾਂ ਵਿੱਚ ਹੋ ਸਕਦੀ ਹੈ। ਸਿੱਖਿਆ ਦੇ ਖੇਤਰ ਵਿੱਚ, ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ, ਦੁਕਾਨਾਂ ਵਿੱਚ, ਵਪਾਰ ਵਿੱਚ, ਬੈਂਕਾਂ ਵਿੱਚ, ਮਨੋਰੰਜਨ ਦੇ ਖੇਤਰ ਵਿੱਚ। ਅਤੇ ਖੇਡਾਂ ਵਿੱਚ ਆਓ ਹੁਣ ਅਸੀਂ ਵਿਚਾਰ ਨਾਲ ਸਮਝੀਏ ਕਿ ਇਹਨਾਂ ਖੇਤਰਾਂ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੀ ਜਾਂਦੀ ਹੈ ਵਿਦਿਆਰਥੀ ਆਪਣੀ ਡਰਾਇੰਗ ਪ੍ਰੋਜੈਕਟ ਬਣਾਉਣ ਵਾਸਤੇ ਅਤੇ ਵੱਖ-ਵੱਖ ਕਿਸਮਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਦੇ ਹਨ ਅਧਿਆਪਕ ਕੰਪਿਊਟਰ ਦੀ ਵਰਤੋਂ ਮਾਰਕETING ਯੋਜਨਾਮਾ ਰਿਪੋਰਟਾਂ ਅਤੇ ਸਮਾਸਾਰਨੀ ਬਣਾਉਣ ਲਈ ਕਰਦੇ ਹਨ ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਰਿਕਾਰਡ ਰੱਖਣ ਲਈ ਅਤੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਹਸਪਤਾਲਾਂ ਦੀਆਂ ਲੈਬਾਰਟਰੀਆਂ ਵਿੱਚ ਵੱਖ-ਵੱਖ ਮੈਡੀਕਲ ਟੈਸਟ ਕਰਨ ਲਈ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਦੁਕਾਨਾਂ ਵਿੱਚ ਵਿਦਿਆਰਥੀਓ ਦੁਕਾਨਾਂ ਵਿੱਚ ਕੰਪਿਊਟਰ ਦੀ ਵਰਤੋਂ ਦੁਕਾਨਦਾਰ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਕਿ ਦੁਕਾਨ ਵਿੱਚ ਉਪਲਬਧ ਸਮਾਨ ਦਾ ਰਿਕਾਰਡ ਰੱਖਣ ਲਈ ਸਮਾਨ ਦੇ ਖਰੀਦ-ਫਰੋਖਤ ਦਾ ਬਿੱਲ ਤਿਆਰ ਕਰਨ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਵਪਾਰ ਵਿੱਚ ਵਿਦਿਆਰਥੀਓ ਵਪਾਰ ਵਿੱਚ ਵਪਾਰੀ ਕੰਪਿਊਟਰ ਦੀ ਵਰਤੋਂ ਗ੍ਰਾਹਕਾਂ ਨੂੰ ਈਮੇਲ ਦੇ ਜ਼ਰੀਏ ਸੰਪਰਕ ਕਰਨ ਲਈ ਕਰ ਸਕਦੇ ਹਨ ਵਪਾਰੀ ਆਪਣੇ ਗ੍ਰਾਹਕਾਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਕਰ ਸਕਦੇ ਹਨ ਵਪਾਰੀ ਆਪਣੇ ਗ੍ਰਾਹਕਾਂ ਦਾ ਵਹੀ ਕਾਤਾ ਵੀ ਕੰਪਿਊਟਰ ਨਾਲ ਤਿਆਰ ਕਰ ਸਕਦੇ ਹਨ ਬੈਂਕਾਂ ਵਿੱਚ ਵਿਦਿਆਰਥੀਓ ਬੈਂਕਾਂ ਵਿੱਚ ਗ੍ਰਾਹਕਾਂ ਦੇ ਖਾਤਿਆਂ ਦਾ ਰਿਕਾਰਡ ਰੱਖਣਾ ਅਤੇ ਉਸ ਦਾ ਪ੍ਰਬੰਧਨ ਕਰਨ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਗ੍ਰਾਹਕ ਕਿਸੇ ਵੀ ਸਮੇਂ ਏਟੀਐਮ ਮਸ਼ੀਨਾਂ ਰਾਹੀਂ ਪੈਸੇ ਜਮ੍ਹਾਂ ਕਰਵਾ ਸਕਦੇ ਹਨ ਅਤੇ ਕਿਸੇ ਵੀ ਸਮੇਂ ਪੈਸੇ ਕਢਵਾ ਵੀ ਸਕਦੇ ਹਨ ਏਟੀਐਮ ਮਸ਼ੀਨਾਂ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਮਨੋਰੰਜਨ ਦੇ ਖੇਤਰ ਵਿੱਚ ਵਿਦਿਆਰਥੀਓ ਮਨੋਰੰਜਨ ਦੇ ਖੇਤਰ ਵਿੱਚ ਜਿਵੇਂ ਕਿ ਡਿਜ਼ਾਈਨਰ ਆਪਣੀਆਂ ਫਿਲਮਾਂ ਵਿੱਚ ਵਿਸ਼ੇਸ਼ ਪ੍ਰਭਾਵ ਪਾ ਸਕਦੇ ਹਨ ਕੰਪਿਊਟਰ ਦੁਆਰਾ ਕਾਰਟੂਨ ਮੂਵੀਜ਼ ਤਿਆਰ ਕੀਤੀਆਂ ਜਾ ਸਕਦੀਆਂ ਹਨ ਖੇਡਾਂ ਵਿੱਚ ਵਿਦਿਆਰਥੀਓ ਅੱਜਕੱਲ੍ਹ ਦੀਆਂ ਖੇਡਾਂ ਵਿੱਚ ਆਧੁਨਿਕ ਸਕੋਰ ਬੋਰਡ ਲੱਗੇ ਹੁੰਦੇ ਹਨ ਜੋ ਕਿ ਕੰਪਿਊਟਰ ਵਿੱਚ ਕੋਈ ਵੀ ਜਾਣਕਾਰੀ ਦਾਖਲ ਹੁੰਦਿਆਂ ਹੀ ਦਰਸ਼ਕਾਂ ਨੂੰ ਖੇਡ ਸਬੰਧੀ ਨਤੀਜੇ ਦਿਖਾਉਂਦੇ ਹਨ